ਕਹਿੰਦੇ ਨੇ ਸਾਈਕਲ ਸਵਾਰੀ ਨਾ ਪ੍ਰਦੂਸ਼ਣ ਨਾ ਬਿਮਾਰੀ। ਸਾਈਕਲ ਤੰਦਰੁਸਤੀ ਦਾ ਮਾਧਿਅਮ ਵੀ ਹੈ ਤੇ ਇਨਵਾਇਰਮੈਂਟ ਫਰੈਂਡਲੀ ਵੀ ਹੈ। ਸਾਡੇ ਸਮਾਜ 'ਚ ਅਕਸਰ ਹੀ ਲੋਕ ਸਾਈਕਲ ਨੂੰ ਗਰੀਬ ਦੀ ਸਵਾਰੀ ਕਹਿੰਦੇ ਨੇ, ਪਰ ਉਸ ਵੇਲੇ ਕਿੰਝ ਲੱਗੇਗਾ ਜਦ ਇੱਕ ਵੱਡੇ ਅਹੁਦੇ 'ਤੇ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਮਹਿੰਗੀ ਗੱਡੀ ਛੱਡ ਕੇ ਸਾਈਕਲ 'ਤੇ ਸਵਾਰ ਹੋ ਜਾਂਦਾ ਤੇ ਨਿਕਲ ਪੈਂਦਾ ਆਪਣੇ ਦਫ਼ਤਰ ਵੱਲ। ਇਹ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਨੰਦਿਤਾ ਮਿੱਤਰਾ, ਜਿਨ੍ਹਾਂ ਵੱਲੋਂ ਆਪਣੇ ਘਰ ਤੋਂ ਦਫ਼ਤਰ ਤੱਕ ਸਾਈਕਲ ਸਵਾਰੀ ਕੀਤੀ ਗਈ। ਨਗਰ ਨਿਗਮ ਦੇ ਕਮਿਸ਼ਨਰ ਦਾ ਕਹਿਣਾ ਕਿ ਭਾਰਤ 'ਚ ਜਿਸ ਕਦਰ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਕਾਰਨ ਕਈ ਬਿਮਾਰੀਆਂ ਜਨਮ ਲੈ ਰਹੀਆਂ ਨੇ, ਉੱਥੇ ਹੀ ਸਾਈਕਲ ਵਰਗੀਆਂ ਚੰਗੀਆਂ ਆਦਤਾਂ ਨਾਲ ਉਸ ਪ੍ਰਦੂਸ਼ਣ 'ਤੇ ਵੀ ਕੰਟਰੋਲ ਕੀਤਾ ਜਾ ਸਕਦਾ ਅਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਸਕਦਾ। ਇਸ ਨਾਲ ਸੜਕਾਂ 'ਤੇ ਟ੍ਰੈਫਿਕ ਵੀ ਘਟੇਗਾ ਅਤੇ ਵਾਤਾਵਰਣ ਵੀ ਸ਼ੁੱਧ ਰਹੇਗਾ। ਇੰਡੀਆ ਮੇਂ ਸਭਸੇ ਜ਼ਿਆਦਾ ਨੰਬਰ ਆਫ ਕਾਰਸ, ਨੰਬਰ ਆਫ ਵਹੀਕਲਸ ਪਰ ਹਾਊਸ ਹੋਲਡ ਹਮਾਰੇ ਯਹਾਂ ਹੈ ਚੰਡੀਗੜ੍ਹ ਮੇਂ। ਹਮੇ ਜ਼ਰੂਰਤ ਹੈ ਕਿ ਹਮ ਆਪਣੇ ਐਨਵਾਇਰਮੈਂਟ ਕੇ ਲੀਏ, ਆਪਣੇ ਪਸ਼ੂਓ ਕੇ ਲੀਏ ਧੀਰੇ ਧੀਰੇ ਕਾਰ ਸੇ ਸ਼ਿਫਟ ਹੋਤੇ ਹੋਏ ਸਾਈਕਲ, ਪੈਦਲ, ਪਬਲਿਕ ਟ੍ਰਾਂਸਪੋਰਟ, ਕਾਰ ਪੂਲਿੰਗ ਇਤਿਆਦਿ ਕੀ ਜੋ ਤਰੀਕੇ ਹੈ ਦਫ਼ਤਰ ਪਹੁੰਚਣੇ ਕੇ, ਉਨਕੇ ਉੱਪਰ ਕੰਮ ਕਰਨਾ ਸ਼ੁਰੂ ਕਰੇ। ਸਾਈਕਲਿੰਗ ਕਰਨ ਨਾਲ ਵੈਸੇ ਵੀ ਮਨੁੱਖ ਸਿਹਤਯਾਬ ਰਹਿੰਦਾ ਅਤੇ ਬਹੁਤ ਲੋਕ ਰੂਟੀਨ 'ਚ ਸਾਈਕਲਿੰਗ ਜ਼ਰੂਰ ਕਰਦੇ ਨੇ, ਪਰ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਇਸ ਤਰ੍ਹਾਂ ਸਾਈਕਲ ਸਵਾਰੀ ਰਾਹੀਂ ਨੌਜਵਾਨਾਂ ਨੂੰ ਵੱਡਾ ਸੁਨੇਹਾ ਦਿੱਤਾ ਗਿਆ ਕਿ ਮਹਿੰਗੀਆਂ ਗੱਡੀਆਂ, ਮਹਿੰਗੇ ਸਾਧਨ ਤੁਹਾਨੂੰ ਵਕਤੀ ਖੁਸ਼ੀਆਂ ਤਾਂ ਦੇ ਸਕਦੇ ਨੇ ਪਰ ਸੋਹਣੀ ਸਿਹਤ ਨਹੀਂ ਦੇ ਸਕਦੇ। ਇਸ ਲਈ ਜੇਕਰ ਤੁਹਾਡੀ ਕੰਮ ਕਰਨ ਦੀ ਜਗ੍ਹਾ ਘਰ ਦੇ ਨਜ਼ਦੀਕ ਹੋਵੇ ਤਾਂ ਸਾਈਕਲ ਯਾਤਰਾ ਕਰੋ। ਇਸ ਨਾਲ ਕੁਦਰਤ ਦਾ ਕਾਰਜ ਵੀ ਮੋੜਿਆ ਜਾ ਸਕੇਗਾ ਕਿਉਂਕਿ ਪ੍ਰਦੂਸ਼ਣ ਘਟੇਗਾ ਅਤੇ ਵਾਤਾਵਰਨ ਸ਼ੁੱਧ ਹੋਏਗਾ, ਨਾਲ ਹੀ ਮਨੁੱਖ ਸੋਹਣੀ ਸਿਹਤ ਨੂੰ ਵੀ ਹੰਢਾਏਗਾ। ਦੂਜੇ ਪਾਸੇ ਨਾਲ ਹੀ ਭਾਰਤ ਦੇ ਵਿੱਚ ਜਿਸ ਕਦਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਨੇ, ਉੱਥੇ ਹੀ ਸਾਈਕਲ ਘਰਾਂ ਦੀ ਆਰਥਿਕਤਾ ਨੂੰ ਥਾਂ ਸਿਰ ਰੱਖਣ ਦਾ ਸਾਧਨ ਵੀ ਬਣ ਸਕਦਾ। ਫਿਲਹਾਲ ਅਨੰਦਿਤਾ ਮਿੱਤਰਾ ਦੇ ਇਸ ਉਪਰਾਲੇ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਅਤੇ ਸ਼ੁੱਧ ਸਾਫ਼ ਸੁਥਰੀ ਸਾਦੀ ਜ਼ਿੰਦਗੀ ਦੇ ਨਾਲ ਜੋੜਨ ਲਈ ਉਹਨਾਂ ਵੱਲੋਂ ਸਾਈਕਲ ਸਵਾਰੀ ਰਾਹੀਂ ਜੋ ਸੁਨੇਹਾ ਦਿੱਤਾ ਗਿਆ ਉਹ ਕਾਬਲੇ ਤਾਰੀਫ ਹੈ।